ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ। ਕੈਪਸੂਲ ਸੇ ਨਿਕਲੇ ਸਰਪੰਚ ਔਰ ਪੰਚ। ਜੀ ਹਾਂ, ਐਸਾ ਕੀਆ ਗਿਆ ਹੈ ਗੁਰਦਾਸਪੁਰ ਕੇ ਗਾਂਵ ਮੋਕਲ ਮੇਂ। ਯਹਾਂ ਪੰਚਾਇਤੀ ਚੁਣਾਵੋਂ ਕੋ ਲੇਕਰ ਗਾਂਵ ਮੇਂ ਧੜੇਬੰਦੀ ਔਰ ਨਜਾਇਜ਼ ਖਰਚੇ ਕੋ ਰੋਕਨੇ ਕੇ ਲੀਏ ਗਾਂਵ ਵਾਸੀਓਂ ਕੇ ਦੁਆਰਾ ਇੱਕ ਬਿਹਤਰੀਨ ਕਾਮ ਕਰਤੇ ਹੋਏ ਖਾਲੀ ਕੈਪਸੂਲੋਂ ਮੇਂ ਸੇ ਲੋਗੋਂ ਕੇ ਨਾਮ ਕੀ ਪਰਚੀ ਭਰਕਰ ਗੁਰਦੁਆਰਾ ਸਾਹਿਬ ਮੇਂ ਅਰਦਾਸ ਕਰਨੇ ਕੇ ਬਾਅਦ ਇੱਕ ਬੱਚੇ ਦੁਆਰਾ ਕੈਪਸੂਲ ਇੱਕ ਇੱਕ ਕਰ ਉਠਾਏ ਗਏ ਔਰ ਕੈਪਸੂਲ ਖੋਲ ਕਰ ਪਰਚੀ ਪਰ ਲਿਖੇ ਨਾਮ ਪੜ੍ਹੇ ਗਏ। ਜੋ ਪਰਚੀ ਪਹਿਲੇ ਜਿਸਕੇ ਨਾਮ ਕੀ ਨਿਕਲੀ ਵਹੀ ਸਰਪੰਚ ਔਰ ਬਾਅਦ ਮੇਂ ਨਿਕਲਨੇ ਵਾਲੀ ਪਰਚੀ ਬਣਾਏ ਗਏ ਪੰਚ। ਪੂਰਾ ਇਲਾਕਾ ਗਾਂਵ ਵਾਸੀਓਂ ਕੇ ਦੁਆਰਾ ਕੀ ਇਸ ਕਾਮ ਕੀ ਸਰਾਹਨਾ ਕਰਤਾ ਦਿਖਾਈ ਦੇ ਰਹਾ ਹੈ। ਵਹੀ ਕੈਪਸੂਲ ਸੇ ਨਿਕਲੇ ਐਸੀ ਬਰਾਦਰੀ ਸੇ ਸੰਬੰਧਿਤ ਸਰਪੰਚ ਸੰਗਤ ਸਿੰਘ ਨੇ ਕਿਹਾ ਕਿ ਗਾਂਵ ਵਾਸੀਓਂ ਕੇ ਫੈਸਲੇ ਸੇ ਵਹਿ ਖੁਸ਼ ਹੈ ਔਰ ਪਰਮਾਤਮਾ ਕਾ ਸ਼ੁਕਰੀਆ ਕਰਤਾ ਹੂੰ ਕਿ ਉਨਕੇ ਨਾਮ ਕੀ ਪਰਚੀ ਬੰਦ ਕੈਪਸੂਲ ਸੇ ਨਿਕਲੀ ਹੈ ਔਰ ਉਨਕਾ ਚੁਣਾਵ ਸਰਪੰਚ ਕੇ ਤੌਰ ਪਰ ਕੀਆ ਗਿਆ ਹੈ। ਵਹੀ ਕੈਪਸੂਲ ਸੇ ਨਿਕਲੇ ਪੰਚ ਕਾ ਕਹਿਣਾ ਥਾ ਕਿ ਗਾਂਵ ਵਾਸੀਓਂ ਕੇ ਦੁਆਰਾ ਯੇ ਜੋ ਤਰੀਕਾ ਅਪਣਾਇਆ ਗਿਆ ਹੈ ਪੰਚਾਇਤ ਬਣਾਉਣੇ ਕਾ, ਇਸੇ ਗਾਂਵ ਮੇਂ ਖੜੀ ਹੋ ਚੁੱਕੀ ਦੜੇਬੰਦੀ ਖਤਮ ਹੋ ਜਾਏਗੀ। ਇਹ ਮੇਰੇ ਵੀਰਾਂ ਨੇ ਮੇਰੇ ਵਾਸਤੇ ਉਪਰਾਲਾ ਕੀਤਾ ਵੀ ਸਾਰੇ ਭਾਈ ਨਸ਼ਟ ਕਰਕੇ ਇੱਥੇ ਪਰਚੀਆਂ ਪਾਈਆਂ ਗੁਰਦੁਆਰੇ, ਅਤੇ ਮੇਰੀ ਪਰਚੀ ਕੈਪਸੂਲ 'ਚੋਂ ਨਿਕਲ ਆਈ ਅਤੇ ਸਾਰੇ ਬੜੇ ਖੁਸ਼ ਹੋਏ ਅਤੇ ਮੈਂ ਕਿਹਾ ਚਲੋ ਮੈਂ ਤੁਹਾਡੇ ਨਾਲ ਸਹਿਮਤ ਹਾਂ, ਜਿੱਦਾਂ ਵੀ ਤੁਸੀਂ ਆਖੋਗੇ ਮੇਰੇ ਵੀਰ ਤੁਹਾਡੇ ਨਾਲ ਚੱਲਾਂਗੇ। ਸਭ ਤੋਂ ਪਹਿਲਾਂ ਤਾਂ ਜੀ ਪਿੰਡ 'ਚ ਸਰਬਸੰਮਤੀ ਨਾਲ ਮੈਂ ਸਰਪੰਚ ਬਣਿਆ, ਦੂਸਰੇ ਨੰਬਰ 'ਤੇ ਸਰਪੰਚ ਬਣਿਆ ਜੀ ਮਨਜੀਤ ਸਿੰਘ, ਤੀਸਰੇ ਨੰਬਰ 'ਤੇ ਇਲੈਕਸ਼ਨ ਹੋਈ ਸਾਡੇ ਪਿੰਡ ਦੀ ਬਲਵਿੰਦਰ ਸਿੰਘ ਅਤੇ ਸਤਨਾਮ ਸਿੰਘ ਦੀ, ਸਤਨਾਮ ਸਿੰਘ ਜੇਤੂ ਰਹੇ ਅਤੇ ਹੁਣ ਸਾਡੇ ਪਿੰਡ ਦੇ ਵਿੱਚ ਦੌਰ ਸ਼ਰਾਬ ਦਾ ਨਸ਼ਿਆਂ ਦਾ ਤੋਂ ਉੱਠ ਕੇ ਵੀ ਅਸੀਂ ਨਹੀਂ ਚਾਹੁੰਦੇ ਸ਼ਰਾਬ ਨਸ਼ੇ ਵਰਤਾਏ ਜਾਣ, ਉਹ ਤੋਂ ਉੱਠ ਕੇ ਅਸੀਂ ਸਰਬਸੰਮਤੀ ਦਾ ਮਨ ਬਣਾਇਆ ਅਤੇ ਗੁਰਦੁਆਰੇ ਵਿੱਚ ਬਹਿ ਕੇ ਸਮਾਂ ਖਾ ਕੇ ਕੈਪਸੂਲਾਂ ਦੇ ਵਿੱਚ ਪਰਚੀਆਂ ਪਾਈਆਂ ਅਤੇ ਸੰਗਤ ਸਿੰਘ ਜੀ ਸਰਪੰਚ ਚੁਣੇ ਗਏ ਅਤੇ ਸਾਨੂੰ ਬੜੀ ਖੁਸ਼ੀ ਆ। ਅੱਗੋਂ ਆਪਾਂ ਮੋਢੇ ਨਾਲ ਮੋਢਾ ਲਾ ਕੇ ਪਿੰਡ ਦਾ ਵਿਕਾਸ ਕਰਾਂਗੇ ਅਤੇ ਇਹੋ ਸਾਨੂੰ ਮਨ ਸਾਡੇ 'ਚ ਖੁਸ਼ੀ ਸੀ ਅਤੇ ਸਾਡੀ ਖੁਸ਼ੀ ਪੂਰੀ ਹੋਈ। ਸਾਡੇ ਪਿੰਡ ਦਾ ਜੀ ਐਸੀ ਸੀਟ ਹੋ ਗਈ ਸੀ ਅਤੇ ਪਿੰਡ ਦੇ ਵਿੱਚ ਕਾਫੀ ਉਤਰਾਅ ਚੜਾਇਆ ਅਤੇ ਸਾਡੇ ਮੋਹਤਵਰ ਭਰਾਵਾਂ ਨੇ ਸਰਪੰਚਾਂ ਸਾਬਕ ਸਰਪੰਚ ਜਿੰਨੇ ਵੀ ਸਾਰਿਆਂ ਰਲ ਕੇ ਇੱਕ ਉਪਰਾਲਾ ਕੀਤਾ। ਉਪਰਾਲਾ ਕਰਕੇ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਰੇ ਆਪੋ 'ਚ ਬਹਿ ਕੇ ਗੁਰਦੁਆਰਾ ਸਾਹਿਬ ਪਰਚੀਆਂ ਕੱਢੋ। ਇਹਨਾਂ ਨੇ ਫਿਰ ਬਾਬਾ ਜੀ ਨੇ ਇੱਕ ਨਵੀਂ ਸਕੀਮ ਸੋਚੀ ਵੀ ਕੈਪਸੂਲਾਂ ਦੇ ਵਿੱਚ ਪਰਚੀਆਂ ਪਾ ਕੇ ਇਹਨਾਂ ਦੀ ਪਰਚੀ ਕੱਢੀ ਜਾਵੇ। ਚਲੋ ਸੰਗ ਸਿੰਘ ਦੀ ਪਰਚੀ ਨਿਕਲੀ, ਬਹੁਤ ਵਧੀਆ ਇਨਸਾਨ ਆ ਅਤੇ ਸਾਡਾ ਪਿੰਡ ਸਾਰਾ ਰਲ ਮਿਲ ਕੇ ਵਿਕਾਸ ਕਰੂਗਾ। ਸਰਬਸੰਮਤੀ ਪਿੱਛੇ ਇਹ ਆ ਜੀ ਪਿੰਡ ਦੇ ਜਿਹੜੇ ਝਗੜੇ ਆ ਮੁੱਕ ਜਾਂਦੇ ਆ, ਜਿਹੜੇ ਧੜੇਬੰਦੀ ਖਤਮ ਹੋ ਜਾਂਦੀ ਹੈ, ਪਿੰਡ ਦਾ ਵਿਕਾਸ ਜਿਹੜਾ ਵੱਧ ਹੁੰਦਾ। ਹਾਂਜੀ, ਇਸ ਤੋਂ ਪਹਿਲਾਂ ਨਵੀਂ ਸਰਬਸੰਮਤੀ ਨਾਲ ਹੀ ਬਣੇ ਸੀਗੇ, ਇਹ ਸੰਜੀਵਪਾਲ ਸਿੰਘ ਵੀ ਸਰਬਸੰਮਤੀ ਨਾਲ ਬਣੇ ਸੀ, ਇਹ ਚਾਚਾ ਸਨਾਨ ਸਿੰਘ ਵੀ ਸਰਪੰਚ ਇਸ ਤੋਂ ਪਹਿਲਾਂ ਸਰਪੰਚ ਰਹਿ ਚੁੱਕੇ ਆ ਅਤੇ ਆਪਾਂ ਰਲ ਮਿਲ ਕੇ ਸਾਰਿਆਂ ਨੇ ਪਿੰਡ ਦਾ ਵਿਕਾਸ ਕੀਤਾ। ਪਹਿਲਾਂ 50-60 ਸਾਲ ਪਿੰਡ ਸਾਡੇ 'ਤੇ ਕੋਈ ਰੁਪਈਆ ਨਹੀਂ ਲੱਗਾ ਅਤੇ ਇਹ ਜਦੋਂ ਅਸੀਂ ਤਿੰਨੇ ਸਰਪੰਚ ਬਣੇ, ਚੌਥੀ ਵਾਰ ਸੰਗ ਸਿੰਘ ਬਣੇ, ਸਾਡੇ ਪਿੰਡ 'ਚ ਬਹੁਤ ਵਿਕਾਸ ਹੋਇਆ। ਥੋੜ੍ਹਾ ਬਹੁਤ ਰਹਿੰਦਾ ਸਾਡੇ, ਚਲੋ ਮੜੀਆਂ ਦੇ ਕੰਮ ਰਹਿ ਗਏ ਆ, ਉਹ ਵੀ ਅੱਗੇ ਸੰਗ ਸਿੰਘ ਨਾਲ ਰਲ ਕੇ ਅਸੀਂ ਕੰਮ ਕਰਾਂਗੇ। ਰਿੰਕੂ ਰਾਜਾ, ਦਿਵਿਆ ਪੰਜਾਬ ਟੀਵੀ, ਬਟਾਲਾ।